ਅੰਤਰ ਗੋਬਿੰਦ ਜਿਸ ਲਾਗੈ ਪ੍ਰੀਤ ਹਰ ਤਿਸ ਕਦੇ ਨਾ ਵਿਸਰੈ ਹਰ ਹਰ ਕਰੇ ਸਦਾ ਮਨ ਚੀਤ। ਕਹਿੰਦੇ ਨੇ ਅੰਦਰੋਂ ਦੀ ਮਨ ਕਰਕੇ ਜਿਸ ਮਨੁੱਖ ਦੀ ਗੋਬਿੰਦ ਦੇ ਨਾਲ ਪ੍ਰੀਤ ਲੱਗ ਗਈ ਹੈ ਉਹਦੇ ਜੀਵਨ ਦੇ ਵਿੱਚ ਫਿਰ ਵਾਪਰਦਾ ਕੀ ਹੈ? ਹਰ ਤਿਸ ਕਦੇ ਨਾ ਵਿਸਰੈ। ਐਸੇ ਮਨੁੱਖ ਨੂੰ ਹਰੀ ਗੋਬਿੰਦ ਰੱਬ ਕਦੇ ਵੀ ਵਿਸਰਦਾ ਨਹੀਂ ਹੈ, ਭਾਵ ਕਦੇ ਵੀ ਭੁੱਲਦਾ ਨਹੀਂ ਹੈ। ਹਰ ਹਰ ਕਰੇ ਸਦਾ ਮਨ ਚੀਤ, ਐਸੇ ਮਨੁੱਖ ਫਿਰ ਸਦਾ ਹੀ ਮਨ ਕਰਕੇ ਉਹਨੂੰ ਚੇਤੇ ਰੱਖਦੇ ਨੇ, ਉਹਨੂੰ ਯਾਦ ਰੱਖਦੇ ਨੇ। ਹੁਣ ਗੌਰ ਕਰਿਓ, ਰਹਾਉ ਵਾਲੇ ਬੰਦ ਦੇ ਅੱਖਰੀ ਅਰਥ ਮੈਂ ਤੁਹਾਡੇ ਨਾਲ ਸਾਂਝੇ ਕੀਤੇ ਨੇ, ਪਰ ਅਸੀਂ ਇਹਦੇ ਭਾਵ ਅਰਥਾਂ ਦੇ ਵਿੱਚ ਜਾ ਕੇ ਸਮਝਣਾ ਹੈ ਕਿ ਅਸਲ ਦੇ ਵਿੱਚ ਮਹਿਲਾ ਤੀਜਾ ਸਾਨੂੰ ਸਮਝਾਉਣਾ ਕੀ ਚਾਹ ਰਹੇ ਨੇ। ਕਹਿੰਦੇ ਨੇ ਅੰਤਰ ਗੋਬਿੰਦ। ਹੁਣ ਵੇਖੋ, ਸਭ ਤੋਂ ਪਹਿਲਾਂ ਤਾਂ ਗੋਬਿੰਦ ਨੂੰ ਸਮਝਣਾ ਪਏਗਾ ਕਿ ਗੋਬਿੰਦ ਕੀ ਹੈ। ਕਿ ਗੋਬਿੰਦ ਕੋਈ ਐਸਾ ਗੋਬਿੰਦ ਹੈ ਜਿਹੜਾ ਕਿਤੇ ਸਾਡੇ ਤੋਂ ਬਹੁਤ ਦੂਰ ਰਹਿੰਦਾ ਹੈ? ਕਿਉਂਕਿ ਜਦੋਂ ਵੀ ਰੱਬ ਦੀ ਗੱਲ ਚੱਲਦੀ ਹੈ ਤਾਂ ਬਹੁਤੇ ਲੋਕਾਂ ਦਾ ਕਹਿਣਾ ਇਹ ਹੁੰਦਾ ਹੈ ਕਿ ਰੱਬ ਜਿਹੜਾ ਹੈ ਉਹ ਤਾਂ ਉੱਪਰ ਰਹਿੰਦਾ ਹੈ, ਤਾਂਹੀਓ ਇਹ ਲਫ਼ਜ਼ ਵੀ ਪ੍ਰਚਲਿਤ ਹੋ ਗਏ ਉੱਪਰ ਵਾਲਾ। ਪਰ ਸੱਚ ਕਰਕੇ ਜਾਣਿਓ, ਜਿਸ ਗੋਬਿੰਦ ਦੀ ਗੱਲ ਗੁਰਬਾਣੀ ਨੇ ਕੀਤੀ ਹੈ ਨਾ, ਉਹ ਗੋਬਿੰਦ ਸਾਡੇ ਤੋਂ ਕਿਤੇ ਦੂਰ ਨਹੀਂ ਹੈ। ਬਾਣੀ ਦੇ ਵਿੱਚ ਆਖਿਆ ਗਿਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਕਿ ਗੋਬਿੰਦ ਤੇ ਹਰ ਪਾਸੇ ਹੀ ਹੈ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ, ਕਿ ਮੇਰਾ ਹਰੀ ਜਿਹੜਾ ਹੈ, ਮੇਰਾ ਗੋਬਿੰਦ ਜਿਹੜਾ ਹੈ, ਉਹ ਤੇ ਘਟਾਂ ਘਟਾਂ ਦੇ ਵਿੱਚ ਹੈ, ਉਹ ਤੇ ਮੇਰੇ ਅੰਦਰ ਵੀ ਹੈ, ਤੁਹਾਡੇ ਅੰਦਰ ਵੀ ਹੈ, ਤੁਹਾਡੇ ਅੰਦਰ ਵੀ ਹੈ, ਤੇ ਤੁਹਾਡੇ ਅੰਦਰ ਵੀ ਹੈ, ਉਹ ਤੇ ਸਾਡੇ ਸਾਰਿਆਂ ਦੇ ਅੰਦਰ ਹੀ ਹੈ। ਠੀਕ ਹੈ ਨਾ, ਐਸੀ ਗੱਲ ਤੇ ਨਹੀਂ ਕਿ ਸਾਡੇ ਤੋਂ ਕਿਤੇ ਦੂਰ ਰਹਿੰਦਾ ਹੈ। ਗੁਰਬਾਣੀ ਦੇ ਵਿੱਚ ਇਹ ਵਾਕ ਵੀ ਆਏ, ਨੇੜਾ ਹੈ ਦੂਰ ਨਾ ਜਾਣਿਓ, ਨਿਤ ਸਾਰੇ ਸੰਭਾਲੇ, ਜੋ ਦੇਵੈ ਸੋ ਖਾਵਣਾ ਕਹੋ ਨਾਨਕ ਸਾਚਾ ਹੈ, ਕਿ ਉਹ ਤੇ ਮੇਰੇ ਨੇੜੇ ਹੈ। ਹੁਣ ਜਿਹੜਾ ਮੇਰੇ ਨੇੜੇ ਹੈ, ਇੱਥੇ ਉਹਦੀ ਗੱਲ ਚੱਲਦੀ ਪਈ ਹੈ। ਅੰਤਰ ਗੋਬਿੰਦ ਜਿਸ ਲਾਗੈ ਪ੍ਰੀਤ, ਕਹਿੰਦੇ ਨੇ ਜਿਨ੍ਹਾਂ ਮਨੁੱਖਾਂ ਦੀ ਮਨ ਕਰਕੇ ਅੰਦਰੋਂ ਦੀ ਗੋਬਿੰਦ ਦੇ ਨਾਲ ਪ੍ਰੀਤ ਲੱਗ ਗਈ ਹੈ। ਹੁਣ ਵੇਖੋ, ਜਦੋਂ ਅਸੀਂ ਕਿਸੇ ਨਾਲ ਪ੍ਰੀਤ ਪਾਉਂਦੇ ਹਾਂ ਤੇ ਸਾਨੂੰ ਉਹਦੇ ਬਾਰੇ ਦੇ ਵਿੱਚ ਕੁਝ ਨਾ ਕੁਝ ਪਤਾ ਤੇ ਹੁੰਦਾ ਹੈ ਨਾ, ਵੀ ਇਹ ਕੌਣ ਹੈ। ਠੀਕ ਹੈ ਨਾ, ਉਹਦੇ ਬਾਰੇ ਦੇ ਵਿੱਚ ਕੋਈ ਨਾ ਕੋਈ ਸਾਨੂੰ ਜਾਣਕਾਰੀ ਹੁੰਦੀ ਹੈ, ਤਾਂ ਹੀ ਤੇ ਸਾਡੀ ਉਹਦੇ ਨਾਲ ਪ੍ਰੀਤ ਪੈਂਦੀ ਹੈ। ਹੁਣ ਮੰਨ ਲਓ ਕੋਈ ਐਸਾ ਹੋਵੇ ਜਿਹਨੂੰ ਅਸੀਂ ਜਾਣਦੇ ਹੀ ਨਾ ਹੋਈਏ, ਤੇ ਅਸੀਂ ਉਹਦੇ ਨਾਲ ਪ੍ਰੀਤ ਪਾ ਸਕਦੇ ਹਾਂ? ਅਸੀਂ ਉਹਦੇ ਨਾਲ ਪਿਆਰ ਪਾ ਸਕਦੇ ਹਾਂ? ਨਹੀਂ। ਅਸੀਂ ਜਦੋਂ ਕਿਸੇ ਨੂੰ ਜਾਣਦੇ ਹਾਂ ਤਾਂ ਸਾਡੀ ਮਨ ਕਰਕੇ ਪ੍ਰੀਤ ਉਹਦੇ ਨਾਲ ਪੈਂਦੀ ਹੈ, ਤਾਂ ਅਸੀਂ ਮਨ ਕਰਕੇ ਉਹਦੇ ਨਾਲ ਪਿਆਰ ਕਰਦੇ ਹਾਂ। ਜਦੋਂ ਅਸੀਂ ਕਿਸੇ ਬੰਦੇ ਦੇ ਗੁਣਾਂ ਦੇ ਬਾਰੇ ਦੇ ਵਿੱਚ ਜਾਣੀਏ ਵੀ ਇਹ ਬੰਦਾ ਜਿਹੜਾ ਹੈ ਨਾ, ਇਹ ਬੜਾ ਕੇਅਰਿੰਗ ਹੈ, ਇਹ ਲੋਕਾਂ ਦੀ ਮਦਦ ਕਰਦਾ ਹੈ, ਠੀਕ ਹੈ ਨਾ, ਇਹ ਲੋਕਾਂ ਦੇ ਨਾਲ ਮਿੱਠਾ ਬੋਲਦਾ ਹੈ, ਇਹਦਾ ਵਿਹਾਰ ਬੜਾ ਚੰਗਾ ਹੈ, ਇਹ ਲੋਕਾਂ ਦੇ ਉੱਤੇ ਦਇਆ ਕਰਦਾ ਹੈ, ਜਦੋਂ ਅਸੀਂ ਉਹਦੇ ਗੁਣ ਵੇਖਦੇ ਹਾਂ ਤਾਂ ਸਾਡੀ ਪ੍ਰੀਤ ਜਿਹੜੀ ਹੈ ਨਾ, ਉਸ ਮਨੁੱਖ ਦੇ ਨਾਲ ਪੈਂਦੀ ਹੈ। ਠੀਕ ਹੈ ਨਾ, ਐਵੇਂ ਸਾਡੀ ਪ੍ਰੀਤ ਕਿਸੇ ਨਾਲ ਨਹੀਂ ਪੈ ਜਾਂਦੀ, ਜਦੋਂ ਅਸੀਂ ਉਹਨੂੰ ਜਾਣਦੇ ਹਾਂ, ਉਹਦੇ ਬਾਰੇ ਦੇ ਵਿੱਚ ਜਾਣਦੇ ਹਾਂ, ਫਿਰ ਸਾਡੀ ਪ੍ਰੀਤ ਉਹਦੇ ਨਾਲ ਪੈਂਦੀ ਹੈ। ਹੁਣ ਜਦੋਂ ਰੱਬ ਦੀ ਗੱਲ ਆਉਂਦੀ ਹੈ, ਸੱਚ ਕਰਕੇ ਜਾਣਿਓ, ਰੱਬ ਜਿਹੜਾ ਹੈ ਉਹ ਕੋਈ ਮਨੁੱਖ ਵਰਗਾ ਤਾਂ ਹੈ ਨਹੀਂ, ਸਰੀਰਧਾਰੀ, ਮਨੁੱਖਾਂ ਦਾ ਸਰੀਰ ਹੈ, ਅਤੇ ਅਸੀਂ ਕਹਿ ਦਿੰਦੇ ਹਾਂ ਵੀ ਅਸੀਂ ਇਹਦੇ ਬਾਰੇ ਦੇ ਵਿੱਚ ਕੁਝ ਨਾ ਕੁਝ ਜਾਣੇ ਹੈ ਅਤੇ ਸਾਡੀ ਇਹਦੇ ਨਾਲ ਪ੍ਰੀਤ ਪਈ ਹੈ। ਹੁਣ ਰੱਬ ਸਰੀਰਧਾਰੀ ਤਾਂ ਕੋਈ ਹੈ ਨਹੀਂ, ਬਾਣੀ ਦਾ ਵਾਕ ਹੈ ਜਿੱਥੇ ਕਿਹਾ ਗਿਆ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਹੇ ਗੁਣ ਤੇ ਪ੍ਰਭ ਭਿੰਨ, ਕਿ ਰੱਬ ਦਾ ਨਾ ਕੋਈ ਰੂਪ ਹੈ, ਨਾ ਕੋਈ ਰੰਗ ਹੈ, ਅਤੇ ਨਾ ਕੋਈ ਆਕਾਰ ਹੈ, ਉਹ ਸਾਡੇ ਵਰਗਾ ਨਹੀਂ ਹੈ। ਸਾਡਾ ਰੂਪ ਵੀ ਹੈ, ਸਾਡਾ ਰੰਗ ਵੀ ਹੈ, ਸਾਡਾ ਆਕਾਰ ਵੀ ਹੈ, ਪਰ ਰੱਬ ਜੀ ਦਾ ਨਾ ਕੋਈ ਰੂਪ ਹੈ, ਨਾ ਕੋਈ ਰੰਗ ਹੈ, ਨਾ ਕੋਈ ਆਕਾਰ ਹੈ। ਫਿਰ ਜਦੋਂ ਉਹਦੇ ਨਾਲ ਮਨ ਕਰਕੇ ਪ੍ਰੀਤ ਪਾਉਣੀ ਹੈ ਤਾਂ ਕਿਵੇਂ ਪਵੇਗੀ? ਹੁਣ ਗੌਰ ਕਰਿਓ, ਸਭ ਤੋਂ ਪਹਿਲਾਂ ਤਾਂ ਸਾਨੂੰ ਗੋਬਿੰਦ ਨੂੰ ਸਮਝਣਾ ਪਵੇਗਾ, ਸਾਨੂੰ ਰੱਬ ਨੂੰ ਸਮਝਣਾ ਪਵੇਗਾ ਕਿ ਰੱਬ ਹੈ ਕੌਣ ਹੈ। ਵੇਖੋ, ਜਿੰਨਾ ਕੁ ਮੈਨੂੰ ਸਮਝ ਆਇਆ ਹੈ ਮੈਂ ਉਹਨਾਂ ਕੁ ਤੁਹਾਨੂੰ ਦੱਸ ਸਕਦਾ ਵਾਂ।
ਠੀਕ ਹੈ ਨਾ। ਮੇਰਾ ਦਾਅਵਾ ਕੋਈ ਨਹੀਂ ਕਿ ਜੋ ਮੈਂ ਕਹਿ ਰਿਹਾ ਉਹ 100% ਮੈਂ ਸਹੀ ਕਹਿ ਰਿਹਾ, ਮੇਰਾ ਦਾਅਵਾ ਕੋਈ ਨਹੀਂ ਹੈ, ਪਰ ਜੋ ਮੈਨੂੰ ਸਮਝ ਆਇਆ ਹੈ ਮੈਂ ਉਹਨਾਂ ਕੁ ਤੁਹਾਡੇ ਨਾਲ ਸਾਂਝਾ ਕਰ ਸਕਦਾ ਹਾਂ। ਮੇਰਾ ਦਾਅਵਾ ਕੋਈ ਨਹੀਂ ਹੈ, ਜਿੰਨਾ ਕੁ ਮੈਨੂੰ ਸਮਝ ਆਇਆ ਹੈ ਮੈਂ ਓਨੀ ਕੁ ਵਿਚਾਰ ਤੁਹਾਡੇ ਨਾਲ ਸਾਂਝੀ ਕਰ ਸਕਦਾ ਹਾਂ। ਵੇਖੋ ਜਦੋਂ ਮੈਂ ਰੱਬ ਨੂੰ ਸਮਝਣ ਵਾਲੇ ਪਾਸੇ ਨੂੰ ਤੁਰਦਾ ਹਾਂ, ਠੀਕ ਹੈ ਜੀ, 100% ਰੱਬ ਦਾ ਅੰਤ ਪਾਉਣਾ ਬੰਦੇ ਦੇ ਵੱਸ ਦੀ ਗੱਲ ਨਹੀਂ ਹੈ। ਇਹ ਗੱਲ ਕਲੀਅਰ ਕੱਟ ਜੀ ਹੈ ਜਿਹੜੀ ਮੈਂ ਪਹਿਲਾਂ ਹੀ ਤੁਹਾਡੇ ਸਾਹਮਣੇ ਰੱਖਦੇ ਹਾਂ, ਪਰ ਜਿੰਨੀ ਕੁ ਗੱਲ ਮੈਨੂੰ ਸਮਝ ਆ ਰਹੀ ਹੈ ਨਾ, ਵੀ ਮੇਰਾ ਰੱਬ ਕੌਣ ਹੋ ਸਕਦਾ ਹੈ ਜਿਹਦਾ ਨਾ ਕੋਈ ਰੂਪ ਹੈ, ਨਾ ਕੋਈ ਰੰਗ ਹੈ, ਨਾ ਕੋਈ ਆਕਾਰ ਹੈ, ਅਤੇ ਉਹ ਰਹਿੰਦਾ ਮੇਰੇ ਵਿੱਚ ਹੀ ਹੈ, ਸਾਰੀ ਕਾਇਨਾਤ ਦੇ ਵਿੱਚ ਵਸਿਆ ਹੋਇਆ ਹੈ, ਐਸਾ ਕੌਣ ਹੋ ਸਕਦਾ ਹੈ। ਮੈਨੂੰ ਜੋ ਸਮਝ ਆਉਂਦਾ ਹੈ ਨਾ, ਮੈਨੂੰ ਤਾਂ ਇੰਨਾ ਕੁ ਸਮਝ ਆਉਂਦਾ ਹੈ ਵੀ ਗੁਣਾਂ ਦੇ ਰੂਪ ਦੇ ਵਿੱਚ ਮੇਰਾ ਰੱਬ ਜਿਹੜਾ ਹੈ ਨਾ ਉਹ ਮੇਰੇ ਅੰਦਰ ਹੀ ਰਹਿੰਦਾ ਹੈ। ਸੱਚ, ਸੰਤੋਖ, ਦਇਆ, ਧੀਰਜ, ਉੱਦਮ, ਇਮਾਨਦਾਰੀ, ਜਿਹੜੇ ਇਹ ਗੁਣ ਨੇ ਨਾ, ਇਹਨਾਂ ਗੁਣਾਂ ਦੇ ਰੂਪ ਦੇ ਵਿੱਚ ਮੇਰਾ ਰੱਬ ਮੇਰੇ ਦਿਮਾਗ ਦੇ ਵਿੱਚ ਬੈਠਾ ਹੋਇਆ। ਪਹਿਲੇ ਨੰਬਰ ਦੇ ਉੱਤੇ ਤਾਂ ਮੈਨੂੰ ਇਹ ਗੱਲ ਸਮਝ ਆਉਂਦੀ ਹੈ। ਦੂਜੇ ਨੰਬਰ ਦੇ ਉੱਤੇ ਜਦੋਂ ਆਪਾਂ ਰੱਬ ਦੀ ਗੱਲ ਕਰਦੇ ਹਾਂ, ਵੇਖੋ ਵਿਵੇਕ ਦੇ ਰੂਪ ਦੇ ਵਿੱਚ, ਗਿਆਨ ਦੇ ਰੂਪ ਦੇ ਵਿੱਚ, ਕੋਮਨ ਸੈਂਸ ਦੇ ਰੂਪ ਦੇ ਵਿੱਚ ਰੱਬ ਮੇਰੇ ਅੰਦਰ ਬੈਠਾ ਹੋਇਆ, ਠੀਕ ਹੈ ਨਾ। ਅਤੇ ਤੀਜੇ ਨੰਬਰ ਦੇ ਉੱਤੇ ਜਿਹੜੀ ਗੱਲ ਮੈਨੂੰ ਸਮਝ ਆਉਂਦੀ ਹੈ ਉਹ ਇਹ ਸਮਝ ਆਉਂਦੀ ਹੈ ਕਿ ਕੁਦਰਤੀ ਨਿਯਮ ਨੇ ਜਿਹੜੇ ਕਿ ਹਰ ਪਾਸੇ ਹੀ ਵਾਪਰਦੇ ਪਏ ਨੇ, ਕੁਦਰਤੀ ਨਿਯਮਾਂ ਦੇ ਰੂਪ ਦੇ ਵਿੱਚ ਰੱਬ ਜੀ ਜਿਹੜੇ ਨੇ ਉਹ ਹਰ ਪਾਸੇ ਹੀ ਫੈਲੇ ਹੋਏ ਨੇ, ਠੀਕ ਹੈ ਨਾ। ਕਿਉਂਕਿ ਹਰ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਨਿਯਮ ਜਿਹੜਾ ਹੈ ਉਹ ਕੰਮ ਕਰਦਾ ਪਿਆ ਹੈ। ਜੇ ਇਸ ਸਮੇਂ ਮੈਂ ਬੋਲ ਪਾ ਰਿਹਾ ਹਾਂ ਤਾਂ ਇੱਥੇ ਵੀ ਇੱਕ ਨਿਯਮ ਕੰਮ ਕਰਦਾ ਪਿਆ ਹੈ। ਪਾਣੀ ਪੀਂਦੇ ਹਾਂ, ਸਾਡੀ ਪਿਆਸ ਬੁੱਝਦੀ ਹੈ, ਇੱਥੇ ਵੀ ਇੱਕ ਨਿਯਮ ਕੰਮ ਕਰਦਾ ਪਿਆ ਹੈ। ਅੱਗ ਜਿਹੜੀ ਹੈ ਉਹ ਸਾੜ ਦਿੰਦੀ ਹੈ, ਇੱਥੇ ਵੀ ਇੱਕ ਨਿਯਮ ਕੰਮ ਕਰਦਾ ਪਿਆ ਹੈ। ਹਰ ਪਾਸੇ ਕੋਈ ਨਾ ਕੋਈ ਨਿਯਮ ਜਿਹੜਾ ਹੈ ਉਹ ਕੰਮ ਕਰ ਰਿਹਾ ਹੈ। ਅਤੇ ਮੇਰਾ ਰੱਬ ਜਿਹੜਾ ਹੈ ਨਾ ਉਹ ਕੁਦਰਤੀ ਨਿਯਮਾਂ ਦੇ ਰੂਪ ਦੇ ਵਿੱਚ ਹਰ ਪਾਸੇ ਹੀ ਵਸਿਆ ਹੋਇਆ ਹੈ। ਵੇਖੋ ਜੇ ਮੈਂ ਗੁਣਾਂ ਨਾਲ ਸਾਂਝ ਪਾਵਾਂ ਮੇਰੇ ਜੀਵਨ ਵਿੱਚ ਤਬਦੀਲੀ ਆਵੇਗੀ, ਜੇ ਮੈਂ ਆਪਣੇ ਜੀਵਨ ਦੇ ਵਿੱਚ ਵਿਵੇਕ ਦੀ ਵਰਤੋਂ ਕਰਾਂ ਤਾਂ ਮੇਰੇ ਜੀਵਨ ਦੇ ਵਿੱਚ ਤਬਦੀਲੀ ਆਵੇਗੀ, ਮੈਂ ਬੁਰਿਆਈਆਂ ਨੂੰ ਛੱਡ ਕੇ ਚੰਗਿਆਈਆਂ ਵਾਲੇ ਪਾਸੇ ਨੂੰ ਆ ਸਕਦਾ ਹਾਂ। ਜੇ ਮੈਂ ਕੁਦਰਤੀ ਨਿਯਮਾਂ ਨੂੰ ਸਮਝ ਕੇ ਅਤੇ ਠੀਕ ਪਾਸੇ ਨੂੰ ਉੱਦਮ ਕਰਨਾ ਸ਼ੁਰੂ ਕਰਦੇ ਹਾਂ ਤਾਂ ਮੇਰਾ ਜੀਵਨ ਜਿਹੜਾ ਹਜੇ ਤੱਕ ਨਿਵਾਣਤਾ ਵਾਲੇ ਪਾਸੇ ਸੀ, ਵਿਕਾਰਾਂ ਦੇ ਭੈੜੇ ਪ੍ਰਭਾਵ ਦੇ ਵਿੱਚ ਫਸਿਆ ਹੋਇਆ ਸੀਗਾ, ਮੇਰਾ ਜੀਵਨ ਬਹੁਤ ਖੂਬਸੂਰਤ ਬਣ ਸਕਦਾ ਹੈ। ਅਤੇ ਮੇਰਾ ਰੱਬ ਤਾਂ ਇਹ ਹੈ, ਜੇ ਮੈਂ ਸਾਂਝ ਪਾਉਣੀ ਹੋਵੇਗੀ ਤਾਂ ਮੈਂ ਇਸ ਰੱਬ ਨਾਲ ਸਾਂਝ ਪਾਵਾਂਗਾ ਨਾ। ਮੈਂ ਉਸ ਰੱਬ ਨਾਲ ਸਾਂਝ ਕਿਉਂ ਪਾਵਾਂ ਜਿਹੜਾ ਰੱਬ ਮੇਰੇ ਤੋਂ ਦੂਰ ਕਿਤੇ ਬੈਠਾ ਹੋਇਆ, ਜਿਹੜਾ ਕਿਤੇ ਸੱਤਵੇਂ ਅਸਮਾਨ 'ਤੇ ਰਹਿੰਦਾ, ਜਿਹੜਾ ਕਿਤੇ ਬਹੁਤ ਦੂਰ ਰਹਿੰਦਾ। ਅੱਜ ਬਹੁਤੇ ਲੋਕਾਂ ਦੀ ਪ੍ਰੋਬਲਮ ਪਤਾ ਕੀ ਹੈ, ਕਈ ਲੋਕ ਐਸੇ ਵੀ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਰੱਬ ਜਿਹੜਾ ਹੈ ਉਹ ਘਟਾਂ ਘਟਾਂ ਦੇ ਵਿੱਚ ਹੈ, ਪਰ ਉਹਨਾਂ ਨੂੰ ਪੁੱਛੋ ਵੀ ਜਿਹਦੇ ਬਾਰੇ 'ਚ ਤੁਸੀਂ ਇਹ ਗੱਲ ਕਹਿ ਰਹੇ ਹੋ ਵੀ ਉਹ ਘਟਾਂ ਘਟਾਂ ਦੇ ਵਿੱਚ ਹੈ, ਉਹ ਹਰ ਪਾਸੇ ਹੈ, ਉਹ ਹੈ ਕੌਣ ਹੈ? ਤਾਂ ਕਹਿੰਦੇ ਜੀ ਉਹ ਦੱਸਿਆ ਨਹੀਂ ਜਾ ਸਕਦਾ। ਫਿਰ ਜੇ ਦੱਸਿਆ ਹੀ ਨਹੀਂ ਜਾ ਸਕਦਾ ਤਾਂ ਉਹਦੇ ਨਾਲ ਸਾਂਝ ਵੀ ਕਿਵੇਂ ਪਾਈ ਜਾ ਸਕਦੀ ਹੈ? ਫਿਰ ਪਹਿਲਾਂ ਦੱਸਣਾ ਤਾਂ ਪਏਗਾ ਨਾ ਵੀ ਉਹ ਕੌਣ ਹੈ। ਹੁਣ ਜਿੰਨੀ ਕੁ ਗੱਲ ਮੈਨੂੰ ਸਮਝ ਆਈ ਵੀ ਕੁਦਰਤੀ ਨਿਯਮਾਂ ਦੇ ਰੂਪ ਦੇ ਵਿੱਚ ਉਹ ਹਰ ਪਾਸੇ ਹੈ, ਸੋ ਮੈਂ ਕੁਦਰਤੀ ਨਿਯਮਾਂ ਨੂੰ ਸਮਝ ਕੇ ਸਹੀ ਪਾਸੇ ਨੂੰ ਉੱਦਮ ਕਰ ਸਕਦਾ ਵਾਂ, ਠੀਕ ਹੈ ਨਾ, ਅਤੇ ਆਪਣੇ ਜੀਵਨ ਦੇ ਵਿੱਚ ਮੈਂ ਚੇਂਜ ਲਿਆ ਸਕਦਾ ਹਾਂ। ਹੁਣ ਮੈਨੂੰ ਇਹ ਗੱਲ ਸਮਝ ਆ ਜਾਵੇ ਕਿ ਜਿਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ, ਇਹ ਕੀ ਹੈ? ਕੁਦਰਤੀ ਨਿਯਮ ਹੈ ਕਿ ਜਿਹੋ ਜਿਹਾ ਮੈਂ ਬੀਜਾਂਗਾ ਉਹੋ ਜਿਹਾ ਮੈਨੂੰ ਵੱਢਣਾ ਪੈਣਾ ਹੈ, ਠੀਕ ਹੈ ਨਾ। ਹੁਣ ਬੰਦੇ ਨੂੰ ਇਹ ਗੱਲ ਸਮਝ ਆ ਗਈ ਵੀ ਜੇ ਮੈਂ ਮਾੜਾ ਬੀਜਿਆ ਤਾਂ ਮਾੜਾ ਵੱਢਾਂਗਾ, ਜੇ ਮੈਂ ਚੰਗਾ ਬੀਜਿਆ ਤਾਂ ਚੰਗਾ ਵੱਢਾਂਗਾ, ਅਤੇ ਮੇਰਾ ਉੱਦਮ ਫਿਰ ਕਿਸ ਪਾਸੇ ਨੂੰ ਹੋਣਾ ਚਾਹੀਦਾ ਕਿ ਮੈਂ ਚੰਗਾ ਹੀ ਬੀਜਾਂ? ਕਿਉਂਕਿ ਬੀਜ ਬੀਜਣ ਦੇ ਪ੍ਰਤੀ ਮੈਨੂੰ ਖੁੱਲ੍ਹਾ ਛੱਡਿਆ ਗਿਆ ਹੈ, ਠੀਕ ਹੈ ਨਾ। ਇਹ ਵੀ ਇੱਕ ਨਿਯਮ ਹੈ ਕਿ ਬੀਜ ਬੀਜਣ ਦੇ ਪ੍ਰਤੀ ਮੈਨੂੰ ਖੁੱਲ੍ਹਾ ਛੱਡਿਆ ਗਿਆ, ਉੱਥੇ ਮੇਰੀ ਮਰਜ਼ੀ ਹੈ ਮੈਂ ਕੈਸਾ ਬੀਜ ਬੀਜਣਾ ਹੈ। ਪਰ ਸੱਚ ਕਰਕੇ ਜਾਣਿਓ, ਜਦੋਂ ਬੀਜ ਬੀਜਿਆ ਜਾਵੇਗਾ ਨਾ, ਜਦੋਂ ਮੇਰੇ ਵੱਲੋਂ ਕੋਈ ਕਰਮ ਕਰ ਦਿੱਤਾ ਜਾਵੇਗਾ ਤਾਂ ਉਹਦਾ ਰਿਜ਼ਲਟ ਜਿਹੜਾ ਹੈ ਨਾ ਫਿਰ ਉਸੇ ਹਿਸਾਬ ਦਾ ਹੋਵੇਗਾ। ਜੇ ਮੈਂ
ਚੰਗਾ ਕਰਮ ਕੀਤਾ ਹੋਵੇਗਾ, ਚੰਗਾ ਕੰਮ ਕੀਤਾ ਹੋਵੇਗਾ, ਉਹਦਾ ਰਿਜ਼ਲਟ ਵੀ ਚੰਗਾ ਹੋਵੇਗਾ, ਅਤੇ ਜੇ ਮੈਂ ਕੋਈ ਮਾੜਾ ਕਰਮ ਕੀਤਾ ਹੋਵੇਗਾ ਤਾਂ ਉਹਦਾ ਰਿਜ਼ਲਟ ਵੀ ਮਾੜਾ ਹੀ ਹੋਵੇਗਾ। ਇਹ ਕੁਦਰਤੀ ਨਿਯਮ ਨੇ, ਇਹਨਾਂ ਨੂੰ ਸਮਝ ਕੇ ਜੇਕਰ ਅਸੀਂ ਆਪਣਾ ਜੀਵਨ ਜਿਉਣਾ ਸ਼ੁਰੂ ਕਰ ਦਈਏ ਤਾਂ ਦੇਖੋ ਸਾਡਾ ਜੀਵਨ ਕਿੰਨਾ ਖੂਬਸੂਰਤ ਬਣ ਜਾਏਗਾ। ਜਿਵੇਂ ਮੈਂ ਗੱਲ ਪਹਿਲਾਂ ਕੀਤੀ ਸੀ ਨਾ ਵੀ ਕਿਸੇ ਨਾਲ ਤੁਸੀਂ ਸਾਂਝ ਪਾਉਣੀ ਹੋਵੇ, ਕਿਸੇ ਨਾਲ ਤੁਸੀਂ ਪਿਆਰ ਪਾਉਣਾ ਹੋਵੇ ਤਾਂ ਉਹਦੇ ਬਾਰੇ ਦੇ ਵਿੱਚ ਕੁਝ ਨਾ ਕੁਝ ਪਤਾ ਹੋਣਾ ਚਾਹੀਦਾ। ਇਸੇ ਤਰ੍ਹਾਂ ਜਦੋਂ ਰੱਬ ਦੀ ਗੱਲ ਵੀ ਆਵੇਗੀ ਨਾ, ਸਾਨੂੰ ਰੱਬ ਨੂੰ ਸਮਝਣਾ ਪਵੇਗਾ ਕਿ ਰੱਬ ਹੈ ਕੌਣ ਹੈ। ਅਤੇ ਮੈਨੂੰ ਤਾਂ ਇਹ ਸਮਝ ਆਉਂਦਾ ਹੈ ਕਿ ਗੁਣਾਂ ਦੇ ਰੂਪ ਦੇ ਵਿੱਚ, ਗਿਆਨ ਵਿਵੇਕ ਦੇ ਰੂਪ ਦੇ ਵਿੱਚ ਅਤੇ ਕੁਦਰਤੀ ਨਿਯਮਾਂ ਦੇ ਰੂਪ ਦੇ ਵਿੱਚ ਉਹ ਹਰ ਪਾਸੇ ਹੀ ਫੈਲਿਆ ਹੋਇਆ ਹੈ, ਤੁਹਾਡੇ ਵਿੱਚ ਵੀ ਕੰਮ ਕਰ ਰਿਹਾ ਹੈ, ਮੇਰੇ ਵਿੱਚ ਵੀ ਕੰਮ ਕਰ ਰਿਹਾ ਹੈ। ਸੋ ਅਸੀਂ ਸਾਂਝ ਉਹਦੇ ਨਾਲ ਪਾਈਏ। ਜਦੋਂ ਮਹਿਲਾ ਤੀਜਾ ਇੱਥੇ ਇਹ ਗੱਲ ਕਹਿ ਰਹੇ ਨੇ ਨਾ ਕਿ ਅੰਤਰ ਗੋਬਿੰਦ ਜਿਸ ਲੱਗੇ ਪ੍ਰੀਤ, ਕਿ ਜਿਸ ਮਨੁੱਖ ਦੀ ਗੋਬਿੰਦ ਨਾਲ ਅੰਦਰੋਂ ਦੀ ਪ੍ਰੀਤ ਲੱਗ ਜਾਵੇ। ਹੁਣ ਅੰਦਰੋਂ ਦੀ ਪ੍ਰੀਤ ਮਨ ਕਰਕੇ ਪ੍ਰੀਤ, ਭਾਵ ਥੋਟਸ ਕਰਕੇ, ਵਿਚਾਰਾਂ ਕਰਕੇ ਪ੍ਰੀਤ ਐਸੇ ਗੋਬਿੰਦ ਨਾਲ ਪਾ। ਕਿਹਦੇ ਨਾਲ? ਭਾਵ ਗੁਣਾਂ ਦੇ ਨਾਲ ਤੂੰ ਮਨ ਕਰਕੇ ਪ੍ਰੀਤ ਪਾ ਲੈ, ਤੂੰ ਗਿਆਨ ਦੇ ਨਾਲ ਵਿਵੇਕ ਦੇ ਨਾਲ ਮਨ ਕਰਕੇ ਪ੍ਰੀਤ ਪਾ ਲੈ, ਤੂੰ ਮਨ ਕਰਕੇ ਕੁਦਰਤੀ ਨਿਯਮਾਂ ਨੂੰ ਸਮਝ ਕੇ ਅਤੇ ਸਹੀ ਪਾਸੇ ਨੂੰ ਤੁਰਨਾ ਸ਼ੁਰੂ ਕਰ ਦੇ, ਇਸ ਚੀਜ਼ ਦੀ ਗੱਲ ਹੁੰਦੀ ਪਈ ਹੈ। ਹੁਣ ਮਨ ਕੀ ਹੈ? ਜਿਹੜੇ ਸਾਡੇ ਅੰਦਰ ਵਿਚਾਰ ਪੈਦਾ ਹੁੰਦੇ ਨੇ ਉਹਨਾਂ ਵਿਚਾਰਾਂ ਦੇ ਸੰਗ੍ਰਹਿ ਨੂੰ ਮਨ ਕਿਹਾ ਜਾਂਦਾ ਹੈ। ਸੋ ਗੱਲ ਹੋ ਰਹੀ ਹੈ ਸਾਡੇ ਵਿਚਾਰਾਂ ਦੀ, ਸਾਡੇ ਥੋਟਸ ਦੀ, ਕਿ ਸਾਡੇ ਥੋਟਸ ਦੇ ਵਿੱਚ, ਸਾਡੇ ਵਿਚਾਰਾਂ ਦੇ ਵਿੱਚ ਗੁਣ ਹੋਣੇ ਚਾਹੀਦੇ ਨੇ, ਠੀਕ ਹੈ ਨਾ। ਸਾਡੇ ਵਿਚਾਰ ਸੱਚ ਵਾਲੇ ਹੋਣ, ਦਇਆ ਵਾਲੇ ਹੋਣ, ਧੀਰਜ ਵਾਲੇ ਹੋਣ, ਇਮਾਨਦਾਰੀ ਵਾਲੇ ਹੋਣ, ਇਹਨੂੰ ਕਿਹਾ ਜਾਏਗਾ ਰੱਬ ਨਾਲ ਸਾਂਝ ਪਾਉਣੀ। ਸਾਡੇ ਵਿਚਾਰ ਉਹਦੇ ਵਿੱਚ ਅਸੀਂ ਗਿਆਨ ਦੀ ਵਰਤੋਂ ਕਰਦੇ ਹੋਈਏ, ਸਾਡੇ ਵਿਚਾਰ ਜਿਹੜੇ ਨੇ ਨਾ ਉਹ ਵਿਵੇਕ ਵਾਲੇ ਹੋਣੇ ਚਾਹੀਦੇ ਨੇ, ਕਿ ਅਸੀਂ ਵਿਵੇਕ ਦੀ ਵਰਤੋਂ ਕਰਦੇ ਹੋਈਏ। ਸਾਡੇ ਵਿਚਾਰ ਜਿਹੜੇ ਹੋਣ ਉਹ ਐਸੇ ਹੋਣ ਕਿ ਅਸੀਂ ਕੁਦਰਤੀ ਨਿਯਮਾਂ ਨੂੰ ਸਮਝ ਕੇ ਸਹੀ ਪਾਸੇ ਨੂੰ ਉੱਦਮ ਕਰਨਾ ਹੈ। ਜਦੋਂ ਸਾਡੇ ਵਿਚਾਰ ਐਸੇ ਹੋਣਗੇ ਨਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਗੋਬਿੰਦ ਦੇ ਨਾਲ ਮਨ ਕਰਕੇ ਪ੍ਰੀਤ ਪੈ ਗਈ ਹੈ। ਅੰਤਰ ਗੋਬਿੰਦ ਜਿਸ ਲਾਗੈ ਪ੍ਰੀਤ, ਕਹਿੰਦੇ ਜਿਸ ਮਨੁੱਖ ਦੀ ਪ੍ਰੀਤ ਮਨ ਕਰਕੇ ਗੋਬਿੰਦ ਦੇ ਨਾਲ ਪੈ ਜਾਂਦੀ ਹੈ, ਹਰ ਤਿਸ ਕਦੇ ਨਾ ਵਿਸਰੈ। ਫਿਰ ਐਸੇ ਮਨੁੱਖ ਨੂੰ ਹਰੀ ਗੋਬਿੰਦ ਕਦੀ ਵੀ ਵਿਸਰਦਾ ਨਹੀਂ ਹੈ। ਭਾਵ ਫਿਰ ਐਸਾ ਮਨੁੱਖ ਜਿਹੜਾ ਹੁੰਦਾ ਹੈ ਨਾ ਉਹ ਹਰੀ ਨੂੰ ਭੁਲਾਉਂਦਾ ਨਹੀਂ। ਕਿਹੜੇ ਹਰੀ ਨੂੰ? ਭਾਵ ਗੁਣਾਂ ਨੂੰ ਨਹੀਂ ਭੁਲਾਉਂਦਾ, ਭਾਵ ਗਿਆਨ ਨੂੰ ਕਦੀ ਨਹੀਂ ਭੁਲਾਉਂਦਾ। ਉਹ ਸੱਚੇ ਗਿਆਨ ਦਾ ਸਾਥ ਲੈ ਕੇ ਹਮੇਸ਼ਾ ਤੁਰਦਾ ਹੈ। ਉਹ ਕੁਦਰਤੀ ਨਿਯਮਾਂ ਨੂੰ ਹਮੇਸ਼ਾ ਸਮਝ ਕੇ ਆਪਣੇ ਜੀਵਨ ਨੂੰ ਸਹੀ ਪਾਸੇ ਨੂੰ ਤੋਰਦਾ ਹੈ, ਕਦੀ ਵੀ ਉਹ ਗਲਤ ਪਾਸੇ ਨਹੀਂ ਜਾਂਦਾ। ਉਹ ਕੁਦਰਤੀ ਨਿਯਮਾਂ ਨੂੰ ਸਮਝਦਾ ਹੈ। ਹਰ ਤਿਸ ਕਦੇ ਨਾ ਵਿਸਰੈ, ਹਰ ਹਰ ਕਰੈ ਸਦਾ ਮਨ ਚੀਤ। ਫਿਰ ਐਸਾ ਮਨੁੱਖ ਜਿਹੜਾ ਹੁੰਦਾ ਹੈ ਨਾ ਉਹ ਸਦਾ ਹੀ ਹਰ ਸਮੇਂ ਹੀ ਮਨ ਕਰਕੇ, ਚਿੱਤ ਕਰਕੇ ਹਰੀ ਹਰੀ ਕਰਦਾ ਰਹਿੰਦਾ ਹੈ। ਭਾਵ ਹਮੇਸ਼ਾ ਹੀ ਉਹ ਗੁਣਾਂ ਦੀ ਵਰਤੋਂ ਕਰਦਾ ਰਹਿੰਦਾ ਹੈ, ਵਿਵੇਕ ਦੀ ਵਰਤੋਂ ਕਰਦਾ ਰਹਿੰਦਾ ਹੈ, ਗਿਆਨ ਦੀ ਵਰਤੋਂ ਕਰਦਾ ਰਹਿੰਦਾ ਹੈ, ਕੁਦਰਤੀ ਨਿਯਮਾਂ ਨੂੰ ਸਮਝ ਕੇ ਸਹੀ ਪਾਸੇ ਨੂੰ ਉੱਦਮ ਕਰਦਾ ਰਹਿੰਦਾ ਹੈ। ਅਸਲ ਦੇ ਵਿੱਚ ਇਸ ਤਰੀਕੇ ਦੇ ਨਾਲ ਹੀ ਅਸੀਂ ਰੱਬ ਨਾਲ ਪਿਆਰ ਪਾਉਣਾ ਸੀਗਾ, ਪਰ ਸਾਡੇ ਸਮਾਜ ਦੇ ਵਿੱਚ ਵਾਪਰਿਆ ਕੀ? ਨਾ ਸਾਡੇ ਲੋਕਾਂ ਨੇ ਗੁਣਾਂ ਨਾਲ ਸਾਂਝ ਪਾਈ, ਨਾ ਸਾਡੇ ਲੋਕਾਂ ਨੇ ਸੱਚੇ ਗਿਆਨ ਨਾਲ ਸਾਂਝ ਪਾਈ, ਨਾ ਵਿਵੇਕ ਨਾਲ ਸਾਂਝ ਪਾਈ, ਅਤੇ ਨਾ ਕੁਦਰਤੀ ਨਿਯਮਾਂ ਨੂੰ ਸਮਝਿਆ ਅਤੇ ਸਹੀ ਪਾਸੇ ਨੂੰ ਉੱਦਮ ਕੀਤਾ। ਕੋਈ ਐਸਾ ਰੱਬ ਬਣਾ ਲਿਆ ਜਿਹੜਾ ਰੱਬ ਕਿਤੇ ਉੱਤੇ ਰਹਿੰਦਾ ਹੈ, ਜਾਂ ਘਰਾਂ ਦੇ ਵਿੱਚ ਛੋਟੇ ਛੋਟੇ ਜਿਹੇ ਮੰਦਰ ਜੇ ਬਣਾ ਲਏ, ਉੱਥੇ ਆਪੋ ਆਪਣੇ ਰੱਬ ਦੀ ਫੋਟੋ ਲਾ ਲਈ, ਅੱਗੇ ਅਗਰਬੱਤੀ ਜਗਾਉਣੀ ਸ਼ੁਰੂ ਕਰ ਦਿੱਤੀ, ਧੂਫ ਦਿਖਾਉਣੇ ਸ਼ੁਰੂ ਕਰ ਦਿੱਤੇ, ਅਤੇ ਆਪਣੇ ਆਪ ਨੂੰ ਧਰਮੀ ਸਮਝਣਾ ਸ਼ੁਰੂ ਕਰ ਦਿੱਤਾ। ਲੋਕ ਤੁਸੀਂ ਵੇਖੋ ਸਭ ਕੁਝ ਕਰ ਰਹੇ ਨੇ, ਅਗਰਬੱਤੀਆਂ ਜਗਾ ਰਹੇ ਨੇ, ਧੂਫ ਧੁਖਾ ਰਹੇ ਨੇ, ਬਥੇਰੀ ਪੂਜਾ ਕਰਦੇ ਪਏ ਨੇ, ਅਖੌਤੀ ਧਾਰਮਿਕ ਅਸਥਾਨਾਂ ਦੇ ਉੱਤੇ ਵੀ ਜਾ ਰਹੇ ਨੇ, ਪਰ ਜੀਵਨ ਦੇ ਵਿੱਚ ਦੁੱਖ, ਕਲੇਸ਼, ਪਰੇਸ਼ਾਨੀਆਂ, ਟੈਂਸ਼ਨ, ਡਿਪਰੈਸ਼ਨ, ਸਟ੍ਰੈਸ, ਇਹ ਸਭ ਕੁਝ ਫਿਰ ਵੀ ਬਣਿਆ ਹੋਇਆ ਹੈ। ਉਹਦੇ ਪਿੱਛੇ ਕਾਰਨ ਕੀ ਹੈ? ਕਿ ਗੁਣਾਂ ਨਾਲ ਸਾਂਝ ਨਹੀਂ ਪਈ, ਵਿਵੇਕ ਨਾਲ ਸਾਂਝ ਨਹੀਂ ਪਈ, ਗਿਆਨ ਨਾਲ ਸਾਂਝ ਨਹੀਂ ਪਈ, ਕੁਦਰਤੀ ਨਿਯਮਾਂ ਨੂੰ ਸਮਝ ਕੇ ਸਹੀ ਪਾਸੇ ਨੂੰ ਤੁਰਨਾ ਸ਼ੁਰੂ ਨਹੀਂ ਕੀਤਾ। ਜੇ ਇਹ ਸਾਰੇ ਕੰਮ ਸ਼ੁਰੂ ਕਰ ਦਿੱਤੇ ਹੁੰਦੇ ਤਾਂ ਜੀਵਨ ਦੇ ਵਿੱਚ ਕ੍ਰਾਂਤੀ ਆ ਜਾਣੀ ਸੀ, ਇਹ ਜੀਵਨ ਜਿਹੜਾ ਹੈ ਨਾ ਉਹ ਬੜਾ ਹੀ ਸੁਖਾਲਾ ਬਣ ਜਾਣਾ ਸੀਗਾ।